ਬਰਾੜ ਸਾਹਿਬ ਅੱਜ ਤੁਸੀਂ ਧਰਮਗੜ੍ਹ ਪਿੰਡ 'ਚ ਮਤਲਬ ਡੋਰ ਟੂ ਡੋਰ ਜਿਹੜੇ ਕੰਪੇਨਿੰਗ ਕਰ ਰਹੇ ਹੋ, ਚੋਣ ਪ੍ਰਚਾਰ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰਿਸਪੋਂਸ ਮਿਲ ਗਿਆ, ਕੀ ਕਹਿਣਾ ਚਾਹੋਗੇ? ਤੁਹਾਡੇ ਨਾਲ ਦੋ ਬਜ਼ੁਰਗ ਵੀ ਬੈਠੇ ਆ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਦੱਸਣਾ ਚਾਹੂੰਗਾ ਵੀ ਜਿਹੜੇ ਪਿੰਡ 'ਚ ਵੀ ਜਾਂਦੇ ਹਾਂ ਅਸੀਂ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕਿਸਾਨ ਆ ਗਏ, ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਦੇ ਬੇਟੇ ਆ ਗਏ, ਇਹਨਾਂ ਦੇ ਪਰਿਵਾਰ ਦੇ ਮੈਂਬਰ ਆ ਗਏ, ਅਤੇ ਅਸੀਂ ਕਿਸੇ ਘਰ ਜਾਂਦੇ ਹਾਂ, ਅਸੀਂ ਰੋਟੀ ਜਿੱਥੇ ਖਾਣੀ ਹੈ ਸਾਨੂੰ ਰੋਟੀ ਮਿਲਦੀ ਹੈ, ਜਿੱਥੇ ਅਸੀਂ ਚਾਹ ਪੀਣੀ ਆ, ਹੁਣ ਚਾਹ ਬਾਪੂ ਜੀ ਤੋਂ ਪੀ ਰਹੇ ਹਾਂ, ਮਾਤਾ ਬਣਾ ਕੇ ਆਏ ਚਾਹ ਸਾਡੇ ਲਈ, ਹੈ ਨਾ, ਮਤਲਬ ਇੰਨਾ ਪਿਆਰ ਮਿਲ ਰਿਹਾ ਸਾਨੂੰ, ਇਹ ਲੱਗ ਰਿਹਾ ਵੀ ਅਸੀਂ ਆਪਦੇ ਪਰਿਵਾਰ ਦੇ ਵਿੱਚ ਫਿਰਦੇ ਹਾਂ। ਦੂਸਰੀ ਗੱਲ, ਇਕੱਲੇ ਫਿਰਦੇ ਹਾਂ ਜੀ, ਆਪ ਹੀ ਇਕੱਲੇ ਦੋ ਤਿੰਨ ਜਣੇ ਹੁੰਦੇ ਹਾਂ, ਅਸੀਂ ਉਵੇਂ ਤੁਰੇ ਫਿਰਦੇ ਹਾਂ, ਕੋਈ ਹੋਰ ਕੈਂਡੀਡੇਟ ਇਕੱਲਾ ਆ ਕੇ ਵਿਖਾ ਦੇ ਪਿੰਡਾਂ ਦੇ ਵਿੱਚ, ਦਸ ਦਸ ਗਨਮੈਨ ਲੈ ਕੇ ਆਉਂਦੇ, ਕੀ ਡਰ ਆ ਉਹਨਾਂ ਦੇ ਮਨ ਵਿੱਚ? ਕਿਉਂ ਨਹੀਂ ਤੁਸੀਂ ਜੇ ਲੋਕਾਂ ਲਈ ਕੋਈ ਕੰਮ ਕੀਤੇ ਹੋਣ ਤਾਂ ਲੋਕਾਂ ਦੇ ਵਿੱਚ ਵਿਚਰਨ ਵੇਲੇ ਕੋਈ ਮਨ ਦੇ ਵਿੱਚ ਖੌਫ ਨਹੀਂ ਹੁੰਦਾ? ਅੱਜ ਅਸੀਂ ਤਾਂ ਇੰਨੇ ਖੁੱਲ੍ਹੇ ਹੋ ਕੇ ਐਂ ਲੱਗਦਾ ਵੀ ਕਿਸੇ ਘਰ ਦਾ ਕੁੰਡਾ ਖੜਕਾ ਕੇ ਉੱਥੋਂ ਚਾਹ ਪੀ ਲਈਦੀ, ਉੱਥੋਂ ਪਾਣੀ ਮੰਗ ਲਈਦਾ, ਉਹ ਤਾਂ ਸਿਰਫ ਇਕੱਠ ਕਰਦੇ ਉਹ ਵੀ ਆਪਦੇ ਬੰਦਿਆਂ ਨੂੰ ਕਹਿ ਕੇ, ਉੱਥੇ ਆ ਕੇ ਬੋਲ ਕੇ ਅਤੇ ਨਾਲ ਦੀ ਨਾਲ ਕਾਰਾਂ 'ਚ ਬਹਿ ਕੇ ਭੱਜ ਜਾਂਦੇ ਆ। ਕੀ ਮਨ ਦੇ ਵਿੱਚ ਇਹੋ ਜਿਹੇ ਕਿਹੜੇ ਉਹਨਾਂ ਨੇ ਗੁਨਾਹ ਕੀਤੇ ਆ ਵੀ ਇੰਨਾ ਡਰਦੇ? ਬਿਲਕੁਲ, ਤੂੰ ਜਿਹੜੇ ਰਿਸਪੋਂਸ ਦੀ ਗੱਲ ਕਰੇ, ਇਹਦਾ ਫਰਕ ਦੇਖੋਗਾ 10 ਮਾਰਚ ਨੂੰ ਜਾਂ ਮਤਲਬ ਜਿੰਨੀਆਂ ਇਲੈਕਸ਼ਨ ਆ ਰਹੀਆਂ ਉਹਦੇ 'ਚ ਜਿਹੜੀਆਂ ਵੋਟਾਂ ਪੈਣਗੀਆਂ, ਇਹਦਾ ਫਰਕ ਦੇਖੋ। ਦੇਖੋ, ਬਰਾੜ ਦੇ ਹੱਕ 'ਚ ਕੀ ਆਸ਼ੀਰਵਾਦ ਜਿਹੜਾ ਮਿਲਦਾ ਦਿਖ ਰਿਹਾ, ਇਹਦਾ ਫਲ ਵੀ ਮਤਲਬ ਅੱਗੇ ਦੇਖੋ। ਜਦੋਂ ਕਹਿੰਦੇ ਹੁੰਦੇ ਨਾ ਬਜ਼ੁਰਗਾਂ ਦਾ ਆਸ਼ੀਰਵਾਦ ਕਿਹੜਾ ਹੁੰਦਾ, ਹੁਣ ਬਾਪੂ ਜੀ 3 ਵਜੇ ਉੱਠ ਖੜ੍ਹਦੇ ਆ, 3 ਵਜੇ ਉੱਠ ਕੇ ਪਾਠ ਪੂਜਾ ਕਰਦੇ ਆ, ਮਾਤਾ ਸਾਡੀ ਪਾਠ ਪੂਜਾ ਕਰਦੀ ਹੈ, ਤਾਂ ਜਦੋਂ ਇਹਨਾਂ ਦੇ ਆਸ਼ੀਰਵਾਦ ਆ ਤਾਂ ਸਾਡੇ ਲਈ ਤਾਂ ਇਹ ਬਹੁਤ ਵੱਡੀਆਂ ਬਲੈਸਿੰਗਸ ਹੈ, ਕਿਉਂਕਿ ਦੇਖੋ ਕਦੇ ਕਹਿੰਦੇ ਹੁੰਦੇ ਪਰਮਾਤਮਾ ਨੂੰ ਵੇਖਿਆ ਨਹੀਂ ਜਾਂਦਾ, ਪਰਮਾਤਮਾ ਬੰਦਿਆਂ ਦੇ ਵਿੱਚ ਹੁੰਦਾ, ਅਤੇ ਜਦੋਂ ਆਮ ਲੋਕ ਤੁਹਾਡੇ ਲਈ ਇੰਨੀਆਂ ਇੱਛਾਵਾਂ ਪ੍ਰਗਟ ਕਰਨ, ਤੁਹਾਡੇ ਲਈ ਅਰਦਾਸਾਂ ਕਰਨ, ਤਾਂ ਉਹਨੂੰ ਕੌਣ ਪਿੱਛੇ ਸਿੱਟ ਸਕਦਾ ਜੀ? ਕਿਸਾਨੀ ਅੰਦੋਲਨ ਦੇ ਵਿੱਚ ਬਾਪੂਆਂ ਨੇ, ਸਾਡੀਆਂ ਮਾਤਾਵਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਭੈਣਾਂ ਨੇ ਘਰਾਂ 'ਚ ਬੈਠੇ ਅਰਦਾਸਾਂ ਕੀਤੀਆਂ ਸੀ, ਉਹ ਅਰਦਾਸਾਂ ਦਾ ਫਲ ਮਿਲਿਆ ਸੀਗਾ, ਉਵੇਂ ਹੀ ਹੁਣ ਅਰਦਾਸਾਂ 'ਤੇ ਉਹਨਾਂ ਦਾ ਫਲ ਮਿਲੂਗਾ। ਅਤੇ ਤੁਸੀਂ ਪਿੰਡ ਪਿੰਡ ਮਤਲਬ ਦੌਰਾ ਕਰ ਰਹੇ ਹੋ, ਕੀ ਸਮੱਸਿਆਵਾਂ, ਕੀ ਪਿੰਡਾਂ ਦੇ ਲੋਕਾਂ ਦੀ ਕੀ ਸਮੱਸਿਆਵਾਂ ਨੇ, ਜਿਵੇਂ ਕਿ ਰਵਾਇਤੀ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਤਾਂ ਵਿਕਾਸ ਹੀ ਬਹੁਤ ਕੀਤਾ, ਤੁਸੀਂ ਪੋਸਟਰ ਵੀ ਦੇਖੇ ਹੋਣੇ ਆ, ਕਈ ਇਸ ਤਰ੍ਹਾਂ ਦੇ ਪੋਸਟਰ ਲੱਗੇ ਆ ਕਿ ਬਈ ਅਸੀਂ ਹੀ ਆਵਾਂਗੇ, ਅਜੇ ਵੀ ਉਹਨਾਂ ਨੂੰ ਕੋਨਫੀਡੈਂਸ? ਦੇਖੋ, ਲੋਕਾਂ ਨੂੰ ਗੁੰਮਰਾਹ ਕਰਨ ਇੱਕ ਨਾ ਮਨ ਦੇ ਵਿੱਚ ਭਰਮ ਹੁੰਦਾ, ਕਿਉਂਕਿ ਉਹਨਾਂ ਨੂੰ ਹੁਣ ਤੱਕ ਇਹ ਲੱਗਿਆ ਸੀਗਾ ਵੀ ਅਸੀਂ ਕੀ ਕਰਨਾ, ਵੋਟਾਂ ਖਰੀਦ ਲੈਣੀਆਂ, ਅਸੀਂ ਜਾਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਪੋਸਟਰ ਲਾ ਦੇਣੇ ਆ, ਹੁਣ ਤੁਸੀਂ ਪਿੱਛੇ ਵੇਖੋਗੇ ਝੰਡੀਆਂ ਲਾਤੀਆਂ, ਉਹ ਲਾਤੀਆਂ, ਅਸੀਂ ਪਿੰਡ ਦੇ ਵਿੱਚ ਘੁੰਮਦੇ ਹਾਂ, ਸਾਡੇ ਕੋਲ ਤਾਂ ਛੋਟੇ ਛੋਟੇ ਸਟਿੱਕਰ ਹੈ, ਉਹ ਵੀ ਪੁੱਛ ਕੇ ਗੇਟ 'ਤੇ ਲਾ ਦੇਈਦਾ, ਪਰ ਸਾਨੂੰ ਨਾਲ ਇਹ ਵੀ ਕਹਿੰਦੇ ਆ ਸਾਡੇ ਪਿੰਡਾਂ ਵਾਲੇ ਯਾਰ ਵੀ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਪੋਸਟਰਾਂ ਦੀ ਲੋੜ ਨਹੀਂ, ਬੈਨਰਾਂ ਦੀ ਲੋੜ ਨਹੀਂ, ਤੁਸੀਂ ਆ ਗਏ ਆ ਬਹੁਤ ਹੈ, ਅਤੇ ਨਾ ਵੀ ਆਉਂਦੇ ਤਾਂ ਵੀ ਅਸੀਂ ਕਿਸਾਨੀ ਨਾਲ ਸੀ, ਅਸੀਂ ਤਾਂ ਕਿਸਾਨੀ ਨੂੰ ਵੋਟ ਪਾਉਣੀ ਹੈ, ਆਪਦੇ ਆਪ ਨੂੰ ਪਾਉਣੀ ਹੈ, ਨਾ ਕਿ ਅਸੀਂ ਕਿਸੇ ਪਾਰਟੀ ਨੂੰ ਪਾਉਣੀ ਹੈ। ਪਿੰਡਾਂ ਦੇ ਵਿੱਚ ਮੁਸ਼ਕਲਾਂ ਤਾਂ ਤੁਸੀਂ ਵੇਖ ਹੀ ਰਹੇ ਹੋ ਵੀ ਅੱਜ ਬਾਪੂ ਜੀ ਨੇ ਜਿਵੇਂ ਦੱਸਿਆ ਵੀ ਨਾ ਤਾਂ ਕੋਈ ਚੰਗੀ ਡਿਸਪੈਂਸਰੀ ਹੈ, ਨਾ ਕੋਈ ਸਕੂਲ ਇਸ ਕਾਬਲ ਹੈ ਵੀ ਜਿੱਥੇ ਆਮ ਪਰਿਵਾਰਾਂ ਦੇ ਬੱਚੇ ਪੜ੍ਹ ਸਕਣ ਅਤੇ ਚੰਗੀ ਸਿੱਖਿਆ ਮਿਲ ਸਕੇ। ਅਕਸਰ ਪਤਾ ਕੀ ਕੀਤਾ ਜਾਂਦਾ, ਤੁਹਾਨੂੰ ਦਾਲ ਜਾਂ ਚਾਵਲ ਜਾਂ ਆਟਾ ਫਰੀ ਦਿੱਤਾ ਜਾਂਦਾ, ਪੜ੍ਹਾਈ ਕਿਉਂ ਨਹੀਂ ਫਰੀ ਦਿੱਤੀ ਜਾਂਦੀ? ਕਿਉਂਕਿ ਜੇ ਪੜ੍ਹ ਲਿਖ ਗਏ ਤਾਂ ਆਵਾਜ਼ ਉਠਾਵਾਂਗੇ, ਆਪਦੇ ਹੱਕਾਂ ਦੀ ਮੰਗ ਕਰਾਂਗੇ, ਹੈਲਥ ਫਰੀ ਨਹੀਂ ਹੈਗੀ। ਹੁਣ ਬਾਪੂ ਜੀ ਦਾ ਪੁੱਤ ਹੈ ਇੱਕ, 13 ਸਾਲ ਹੋ ਗਏ ਬਿਜਲੀ ਬੋਰਡ ਦੇ ਵਿੱਚ, ਅੱਧੀ ਤਨਖਾਹ 'ਤੇ ਕੰਮ ਕਰੀ ਜਾਂਦਾ, ਕੀ ਉਹ ਇਨਸਾਨ ਨਹੀਂ ਗਾ? ਕੀ ਇਹੋ ਜਿਹੇ ਬੰਦਿਆਂ ਨੂੰ ਆਪਾਂ ਇਕੱਲਾ ਗੁੰਮਰਾਹ ਕੀਤਾ 75 ਸਾਲਾਂ ਦੇ ਵਿੱਚ, ਆਮ ਲੋਕਾਂ ਦੀ ਕੋਈ ਆਵਾਜ਼ ਹੀ ਨਹੀਂ ਸੁਣੀ? ਸੋ ਅਸੀਂ ਇੱਕ ਆਮ ਲੋਕਾਂ ਦੀ ਆਵਾਜ਼ ਬਣ ਕੇ ਉੱਠੇ ਸੀ, ਆਮ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਚੱਲਾਂਗੇ। ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਵੀ ਨੁਮਾਇੰਦੇ ਮਤਲਬ ਇੱਥੇ ਘੁੰਮ ਰਹੇ ਨੇ, ਉਹ ਕਹਿੰਦੇ ਅਸੀਂ ਦਿੱਲੀ 'ਚ ਕਿਸਾਨਾਂ ਦੀ ਬੜੀ ਮਦਦ ਕੀਤੀ ਹੈ ਅਤੇ ਵੀ ਸਾਨੂੰ ਵੀ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅੱਜ ਕਿਸਾਨ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਨੇ ਵੱਖਰੀ ਪਾਰਟੀ ਬਣਾ ਲਈ। ਦੱਸਣਾ ਚਾਹੂੰਗਾ ਜੀ, ਦੇਖੋ ਸਾਡੇ ਇੱਥੇ ਉਹਨਾਂ ਦੇ ਆਉਂਦੇ ਆ, ਕਨਵੀਨੀਅਰ ਆਉਂਦੇ ਆ, ਜਾਂ ਇੱਥੇ ਜਿਹੜੇ ਇੱਥੇ ਲਾਏ ਹੋਏ ਆ ਜਿਹੜੇ, ਹੈ ਨਾ, ਸੈ ਅਧਿਕਾਰੀ ਰਾਘਵ ਚੱਡਾ, ਉਹ ਕਹਿੰਦੇ ਵੀ ਅਸੀਂ 1,000 ਰੁਪਇਆ ਦੇ ਦਿਆਂਗੇ ਪੰਜਾਬੀਆਂ ਨੂੰ, 2,000 ਦੇ ਦਿਆਂਗੇ, 5,000 ਦੇ ਦਿਆਂਗੇ। ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਜਿਹੜਾ ਸਾਡਾ ਪੰਜਾਬ ਦਾ ਪਾਣੀ ਵਰਤ ਰਹੇ ਹੈ, 1 ਸਾਲ ਦਾ ਤੁਸੀਂ 36,000 ਕਰੋੜ ਰੁਪਇਆ ਹਿਮਾਚਲ ਪ੍ਰਦੇਸ਼ ਨੂੰ ਦੇ ਰਹੇ ਆ, 21 ਕਰੋੜ ਰੁਪਇਆ ਸਾਲ ਦਾ ਆਪਣਾ 36,000 ਕਰੋੜ ਬਣਦਾ 1 ਸਾਲ ਦਾ, ਸਾਡਾ ਤਾਂ ਇਕੱਲਾ ਜਿਹੜਾ ਪਾਣੀਆਂ ਦੇ ਪੈਸੇ ਆ ਉਹ ਦੇ ਦਿਓ, ਨਾ ਸਾਨੂੰ 1,000 ਦੀ ਲੋੜ ਆ, ਨਾ 2,000 ਦੀ ਲੋੜ ਆ, ਨਾ 5,000 ਦੀ ਲੋੜ ਆ, ਪੰਜਾਬੀ ਭਿਖਾਰੀ ਨਹੀਂ। ਦੂਸਰੀ ਗੱਲ ਦੱਸਣਾ ਚਾਹੁੰਦਾ, 1.5 ਸਾਲ ਅਸੀਂ ਅੰਦੋਲਨ ਕੀਤਾ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ, ਉਦੋਂ ਤਾਂ ਪਾਣੀ ਸਾਨੂੰ ਪਿਲਾਇਆ ਨਹੀਂ ਗਿਆ, ਜਿਹੜਾ ਪਾਣੀ ਪੰਜਾਬ ਤੋਂ ਤੁਸੀਂ ਫ੍ਰੀ ਲੈਂਦੇ ਰਹੇ ਹੁਣ ਤੱਕ, ਇਹ ਨਹੀਂ ਹੋ ਸਕਿਆ ਵੀ ਅਸੀਂ ਜਿਹੜੇ ਕਿਸਾਨ ਆ ਇਹ ਉਹਨਾਂ ਨੂੰ ਪਾਣੀ ਪਿਆ ਦਈਏ, ਅਸੀਂ ਮੁੱਲ ਦਾ ਪਾਣੀ ਲੈ ਉੱਥੇ ਪੀਂਦੇ ਰਹੇ ਹਾਂ, ਤਾਂ ਉਹ ਸਾਡਾ ਕੀ ਸਵਾਰਨਗੇ ਇੱਥੇ ਆ ਕੇ? ਸੋ ਇਹਨਾਂ ਤੋਂ ਆਪਾਂ ਨੂੰ ਸੁਚੇਤ ਹੋਣਾ ਪੈਣਾ,
खासकर जिहड़े लोग बाहरों आके पंजाब दे विच कहिंदे हुंदे आ वंडदे आ आपां नूं, इह वी हो सकदा किसानां नूं आपस च वंडन की कोशिश की जाए। नौकरियां मिल रही, बिल्कुल ना कोई नौकरी मिल रही है ना कुछ मिल रही है, तो सारे कासे तो आपां नूं सचेत रहना पैना। दूसरी गल, एक होर गल दसो, जिहड़े इह कहिंदे आम आदमी पार्टी, आम आदमी पार्टी एक भी चेहरा दस दिओ जिहड़े आम बंदे नूं टिकट दित्ती है, की जिहड़े इत्थों लड़ रहे आ ਉਹ ਤੀਜੀ ਪਾਰਟੀ ਆ ਉਹਨਾਂ ਦੀ, ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਮੇਅਰ ਬਣੇ, ਹੁਣ ਕੀ ਹੈ ਆਮ ਆਦਮੀ ਪਾਰਟੀ 'ਚ ਆ ਗਏ, ਅਗਲੇ ਸਾਲ ਜਿਹੜੀ ਪਾਰਟੀ 'ਚ ਹੋਰ ਲੱਗਿਆ ਵੀ ਕੁਛ ਇਹਦਾ ਬਈ ਇੱਧਰੋਂ ਕੁਛ ਮਿਲ ਸਕਦਾ ਉੱਧਰ ਜਾ ਵੜਨਗੇ। ਉਹੋ ਜਿਹੇ ਬੰਦੇ ਵਿਕਾਸ ਆਪਦਾ ਨਹੀਂ ਕਰ, ਲੋਕਾਂ ਦਾ ਨਹੀਂ ਕਰ ਸਕਦੇ, ਆਪਦੇ ਵਿਕਾਸ ਲਈ ਉਹ ਅੱਗੇ ਆਉਂਦੇ ਆ। ਅਤੇ ਤੁਸੀਂ ਨੌਜਵਾਨ ਅਤੇ ਬਰਾੜ ਸਾਹਿਬ ਦੇ ਜਿੱਤ ਜਾਂਦੇ ਆ ਮੋਹਾਲੀ ਤੋਂ, ਅਸੀਂ ਉਮੀਦ ਕਰਦੇ ਅਤੇ ਸਾਡੀ ਸ਼ੁਭਕਾਮਨਾਵਾਂ ਨੇ ਕਿ ਤੁਸੀਂ ਜਿੱਤੋ ਜ਼ਰੂਰ ਜੀ। ਅਤੇ ਜਿੱਤ ਜਾਂਦੇ ਤਾਂ ਤੁਸੀਂ ਮਤਲਬ ਮੋਹਾਲੀ ਹਲਕੇ ਲਈ ਕੀ ਮਤਲਬ ਇਸ ਤਰ੍ਹਾਂ ਦੀ ਕੀ ਕੁਛ ਕਰੋਗੇ ਜਿਹੜਾ ਬਦਲਾਵ ਆ ਜਾਵੇ, ਇਹ ਰਵਾਇਤੀ ਪਾਰਟੀ ਵਾਲਾ ਸਿਸਟਮ ਖਤਮ ਹੋ ਜਾਵੇ? ਦੇਖੋ ਕਿਸਾਨ ਦੇ ਲਈ ਕੀ ਕਰੋ? ਦੇਖੋ ਕਿਸਾਨ ਦੇ ਤਾਂ ਬਹੁਤ ਪਰੇਸ਼ਾਨ ਹੈ ਕਿਸਾਨ, ਜੇ ਇਹਨਾਂ ਦੀ ਜ਼ਮੀਨ ਵੀ ਇਕੁਆਇਰ ਹੁੰਦੀ ਹੈ ਅਤੇ LOIs ਨਹੀਂ ਮਿਲਦੀਆਂ, 600 acres ਤੇ LOI ਰੋਕੀ ਵੀ ਹੈ, ਉਹ ਕਿਉਂ ਰੋਕੀ ਵੀ ਹੈ? ਜੇ ਲੈਣੀ ਹੈ 2-3% ਦੇਣਾ ਪੈਂਦਾ, ਜਿਹੜਾ ਭੂ ਮਾਫੀਆ ਬਣਿਆ ਹੋਇਆ ਲੈਂਡ ਮਾਫੀਆ ਉਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਜੇ ਕਿਸਾਨ ਨੂੰ ਬਚਾਉਣਾ। ਅੱਜ ਕਿਸਾਨ ਤਾਂ ਆਪਦੀ ਜ਼ਮੀਨ ਕਿੱਲਾ 5-6 crore 'ਚ ਉਹਨੂੰ ਲੈ ਲੈਂਦੇ ਆ, ਪਰ ਉਹੀ ਜਦੋਂ ਪਲੋਟ ਘੱਟ ਘੱਟ ਵੇਚਦੇ ਆ, ਕਨਾਲ ਦਾ 2 canal ਦਾ ਪਲੋਟ 5 crore ਦਾ, ਤਾਂ ਕਿਸਾਨ ਨੂੰ ਕਿੰਨਾ ਗੁੰਮਰਾਹ ਕੀਤਾ ਜਾਂਦਾ। ਕਿਸਾਨ ਦਾ ਜਿੰਨਾ ਚਿਰ ਕਿਸਾਨ ਦਾ ਬੇਟਾ ਜਾਂ ਕਿਸਾਨ ਦੇ ਪਰਿਵਾਰ ਦੇ ਵਿੱਚੋਂ ਅੱਗੇ ਨਹੀਂ ਆਉਂਦੇ ਲੋਕ, ਉਹਨਾਂ ਚਿਰ ਕਿਸਾਨ ਦਾ ਵਿਕਾਸ ਨਹੀਂ ਹੋ ਸਕਦਾ। ਰਵਨੀਤ ਬਰਾੜ ਵੀ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ, ਸੋ ਜਿੰਨਾ ਮੇਰਾ ਅਸੀਂ ਅੰਦੋਲਨ ਜਿਵੇਂ ਲੜਿਆ ਰਲ ਮਿਲ ਕੇ, ਅੱਗੇ ਵੀ ਜਿਹੜੀ ਲੜਾਈ ਹੋਊਗੀ ਰਲ ਮਿਲ ਕੇ ਲੜਾਂਗੇ। ਕਿਸਾਨਾਂ ਲਈ ਬੇਸ਼ੱਕ ਧਰਨਾ ਲਾਉਣਾ ਪਵੇ, ਬੇਸ਼ੱਕ ਰਵਨੀਤ ਬਰਾੜ MLA ਬਣ ਗਿਆ, ਪਰ ਜੇ ਕੋਈ ਕੰਮ ਨਾ ਹੋਊਗਾ ਕਿਸਾਨਾਂ ਦਾ, ਜੇ ਮੈਨੂੰ ਧਰਨਾ ਵੀ ਲਾ ਕੇ ਕਰਾਉਣਾ ਪਿਆ ਉਹ ਕਰਵਾਊਂਗਾ। ਅਤੇ ਬਰਾੜ ਸਾਹਿਬ, ਤੁਸੀਂ ਮਤਲਬ ਨੌਜਵਾਨ ਹੋ ਅਤੇ ਪੜ੍ਹੇ ਲਿਖੇ ਵੀ ਕਾਫੀ ਹੋ, ਬਾਕੀ ਜਿਹੜੇ ਇੱਥੇ ਹੋਰ ਕੈਂਡੀਡੇਟ ਨੇ ਉਹਨਾਂ ਨਾਲੋਂ ਜ਼ਿਆਦਾ ਤੁਸੀਂ ਪੜ੍ਹੇ ਲਿਖੇ ਹੋ ਸਰ, ਅਤੇ ਫਿਰ ਇਹ ਐਜੂਕੇਸ਼ਨ ਜਿਹੜੀ ਹੈ ਇਹ ਅੱਗੇ ਜਾ ਕੇ ਕਾਮਯਾਬ ਜ਼ਰੂਰ ਹੈ, ਕਿਉਂਕਿ ਕਿਸਾਨਾਂ ਨੂੰ ਅਕਸਰ ਗੁੰਮਰਾਹ ਕੀਤਾ ਜਾਂਦਾ? ਦੇਖੋ ਇਹ ਐਜੂਕੇਸ਼ਨ ਡੈਫੀਨੇਟਲੀ ਕੰਮ ਆਉਂਦੀ ਹੈ, ਅੰਦੋਲਨ ਦੇ ਵਿੱਚ ਕੰਮ ਆਈ, ਕਿਉਂਕਿ ਜੇ ਅਸੀਂ ਉੱਥੇ ਐਜੂਕੇਟਡ ਨਾ ਹੁੰਦੇ ਤਾਂ ਅਸੀਂ ਅੰਡਰਸਟੈਂਡ ਹੀ ਨਹੀਂ ਕਰ ਸਕਣਾ ਸੀ ਵੀ ਇਹ ਬਿੱਲ ਆਪਣੇ 'ਤੇ ਕਿਵੇਂ ਮਾਰੂ ਹੈ, ਕਿਵੇਂ ਆਮ ਪਰਿਵਾਰਾਂ 'ਤੇ, ਆਮ ਕਿਚਨ 'ਤੇ ਗੁੰਮਰਾਹ ਕਰ ਰਹੀ ਸੀ। ਪਹਿਲਾਂ ਉਹ ਕਹਿ ਰਹੇ ਸੀ ਬਹੁਤ ਚੰਗੇ ਹੈ, ਪਰ ਜਦੋਂ ਅਸੀਂ ਬਿੰਦੂ ਚਰਚਾ ਕੀਤੀ ਤਾਂ ਉਹ ਸਾਡੇ ਤੋਂ ਚਰਚਾ ਤੋਂ ਭੱਜਦੇ ਨਜ਼ਰ ਆਏ, ਹੌਲੀ ਹੌਲੀ ਉਹਨਾਂ ਨੇ ਅਖੀਰ ਮੰਨਣਾ ਪਿਆ ਵੀ ਅਸੀਂ ਬਿੱਲ ਵਾਪਸ ਲੈਂਦੇ ਹਾਂ। ਉਵੇਂ ਜਿਹੜੀ ਐਜੂਕੇਸ਼ਨ ਹੈ, ਜੇ ਕਿਸਾਨ ਨੇ ਆ ਮਿਹਨਤ ਕਰਕੇ ਆਪਦੇ ਬੇਟੇ ਨੂੰ ਪੜ੍ਹਾਇਆ ਜਾਂ ਆਪਦੇ ਬੱਚਿਆਂ ਨੂੰ ਪੜ੍ਹਾਇਆ, ਤਾਂ ਉਹ ਜਦੋਂ ਵਿਧਾਨ ਸਭਾ ਦੇ ਵਿੱਚ ਜਾਣਗੇ ਤਾਂ ਉਹ ਕਦੇ ਵੀ ਇਹੋ ਜਿਹੇ ਬਿੱਲ ਨਹੀਂ ਬਣ ਦੇਣਗੇ ਜਿਹੜਾ ਕਿਸਾਨਾਂ ਦੇ ਭਾਰੂ ਹੋਊ ਜਾਂ ਆਮ ਵਰਗ ਦੇ ਭਾਰੂ ਹੋਊਗਾ। ਐਜੂਕੇਸ਼ਨ ਮੈਟਰ ਕਰਦੀ ਹੈ, ਜਦੋਂ ਤੁਸੀਂ ਕਿਸੇ ਚੀਜ਼ 'ਚ ਇਨਵੈਸਟਮੈਂਟ ਕਰਦੇ ਹੋ, ਐਜੂਕੇਸ਼ਨ ਇੱਕ ਬਹੁਤ ਵੱਡੀ ਇਨਵੈਸਟਮੈਂਟ ਹੈ, ਤਾਂ ਹੀ ਤਾਂ ਆਪਾਂ ਨੂੰ ਅੱਜ ਆਪਣਾ ਮਿਆਰ ਖਤਮ ਕੀਤਾ ਜਾਂਦਾ ਐਜੂਕੇਸ਼ਨ ਦਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਵੇਲੇ ਗੋਰਿਆਂ ਨੇ ਕੀਤਾ ਸੀ ਨਾ, ਵੀ ਕੈਦੇ ਦਾ ਮੁੱਲ ਵਧਾਤਾ ਸੀ, ਰਫਲਾਂ ਦਾ ਘਟਾਤਾ ਸੀ, ਅਤੇ ਉਵੇਂ ਹੁਣ ਹੋ ਰਿਹਾ। ਹੁਣ ਆਪਾਂ ਨੂੰ ਡਰੱਗਸ ਵਾਲੇ ਪਾਸੇ ਲਈ ਜਾਂਦੇ ਨੌਜਵਾਨਾਂ ਨੂੰ, ਜਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਇੰਨਾ ਕਰ ਦਿੰਦੇ, ਉਹਨਾਂ ਨੂੰ 1,000 rupees 2,000 rupees ਦੇ ਭੱਤੇ ਦੇ ਕੇ ਭਰਮਾਈ ਜਾਂਦੇ ਆ, ਪਰ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਰਹੇ ਤਾਂ ਕਿ ਉਹ ਆਪਦੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜੀ ਉਹਦਾ ਇੱਕ ਹੀ ਕਾਰਨ ਹੈ ਜੀ, ਅਸੀਂ ਟਰਾਈ ਕਰ ਰਹੇ ਹਾਂ, ਪਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਵਕੀਲ ਖੜ੍ਹੇ ਕੀਤੇ ਆ ਵੀ ਕਿਸਾਨਾਂ ਨੂੰ ਚੋਣ ਨਿਸ਼ਾਨ ਟਰੈਕਟਰ ਜਾਂ ਟਰਾਲੀ ਨਾ ਮਿਲ ਸਕੇ, ਤਾਂ ਕਿ ਜੇ ਉਹਨਾਂ ਨੂੰ ਮਿਲ ਗਿਆ, ਉਹਨਾਂ ਨੂੰ ਕਿਤੇ ਡਰ ਹੈ ਮਨ ਦੇ ਵਿੱਚ, ਭੈ ਪੈ ਗਿਆ ਵੀ ਜੇ ਇਹਨਾਂ ਨੂੰ ਚੋਣ ਨਿਸ਼ਾਨ ਮਿਲ ਜਾਂਦਾ ਕੋਈ ਇਹੋ ਜਿਹਾ, ਤਾਂ ਸਾਡਾ ਤਾਂ ਸਫਾਈ ਹੋ ਜਾਣਾ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ। ਸੋ ਉਹਨਾਂ ਨੇ ਉਹ ਆਪਦੀ ਕੋਸ਼ਿਸ਼ ਕਰ ਰਹੇ ਆ, ਅਸੀਂ ਆਪਦੀ ਕਰ ਰਹੇ ਹਾਂ, ਬਾਕੀ ਪਰਮਾਤਮਾ ਸਾਡੇ ਨਾਲ ਆ ਜੀ, ਜੇ ਅਸੀਂ ਅੰਦੋਲਨ ਜਿੱਤਿਆ ਰਲ ਮਿਲ ਕੇ ਇਹ ਮੋਰਚਾ ਵੀ ਫਤਿਹ ਕਰਾਂਗੇ। ਬਰਾੜ ਸਾਹਿਬ, ਇੱਕ ਆਖਰੀ ਸਵਾਲ ਹੈ ਕਿ ਤੁਹਾਨੂੰ ਪਿੰਡਾਂ 'ਚ ਬਹੁਤ ਜ਼ਿਆਦਾ ਮਤਲਬ ਸਹਿਯੋਗ ਮਿਲ ਰਿਹਾ ਕਿਸਾਨਾਂ ਦਾ, ਪਰ ਸ਼ਹਿਰੀ ਜਿਹੜੇ ਲੋਕ ਨੇ ਕੀ ਉਹਨਾਂ ਦਾ ਵੀ ਰੁਝਾਨ ਕਿਸਾਨ ਪੁੱਤਰ ਵੱਲ ਹੈ? ਦੇਖੋ ਜਿਹੜਾ ਜੋ ਵੀ ਸ਼ਹਿਰੀ ਬੈਠਾ ਉਹਦੇ 'ਚੋਂ ਮਤਲਬ ਕਿ 65% ਤਾਂ ਕਿਸਾਨੀ ਪਰਿਵਾਰ ਦੇ ਵਿੱਚੋਂ ਆਇਆ, ਜਿਹੜਾ ਬਾਕੀ 30-35% ਰਹਿ ਜਾਂਦਾ ਉਹ ਵੀ 3 times ਦੀ ਜੇ ਰੋਟੀ ਖਾਂਦਾ ਉਹ ਕਿਸਾਨ ਉਗਾਉਂਦਾ, ਅਤੇ ਮੋਹਾਲੀ ਇਹੋ ਜਿਹਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਐਜੂਕੇਟਡ ਲੋਕ ਰਹਿੰਦੇ ਆ, ਅਤੇ ਮੋਹਾਲੀ ਇਹੋ ਜਿਹਾ ਸ਼ਹਿਰ ਹੈ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਸਭ ਤੋਂ ਵੱਧ ਲੋਕ ਲਾਈਟਾਂ 'ਤੇ ਚੰਗੀਆਂ ਫੈਮਿਲੀਜ਼ ਦੇ ਵਿੱਚੋਂ ਆ ਕੇ ਜਾਂ ਚੰਗੇ ਜਿਹੜੇ ਐਜੂਕੇਟਡ ਲੋਕ ਸੀ ਉਹ ਲਾਈਟਾਂ ਦੇ ਉੱਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਸੀ, ਕਿਉਂਕਿ ਲੋਕ ਜਾਗਰੂਕ ਹੈ, ਲੋਕ ਚੇਂਜ ਚਾਹੁੰਦੇ ਆ। ਸੋ ਉਹੀ ਚੇਂਜ ਮੋਹਾਲੀ ਦੇ ਸ਼ਹਿਰ ਦੇ ਵਿੱਚ ਵੀ ਦਿਸੂਗੀ, ਪਿੰਡਾਂ ਦੇ ਵਿੱਚ ਤਾਂ ਜਮ੍ਹਾਂ ਹੀ ਇਹਨਾਂ ਨੇ ਸਫਾਈ ਕਰ ਦੇਣਾ ਦੂਜੀਆਂ ਪਾਰਟੀਆਂ ਦਾ, ਸ਼ਹਿਰ ਦੇ ਵਿੱਚ ਵੀ ਬਹੁਤ ਵੱਡੀ ਬਹੁਮਤ ਨਾਲ ਕਿਸਾਨਾਂ ਨੂੰ ਵੋਟਾਂ ਮਿਲਣਗੀਆਂ।